ਸਤਿ ਸ਼੍ਰੀ ਅਕਾਲ ਦੋਸਤੋ, ਫਤਿਹਨੂਰ ਚੈਨਲ ਆਪ ਜੀ ਦਾ ਸਵਾਗਤ ਹੈ। ਇਸ ਵਕਤ ਪਹੁੰਚੇ ਹਾਂ ਪਿੰਡ ਨਡਾਲੋ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ, ਜਿੱਥੇ ਕਿ ਗੁਰਦੁਆਰਾ ਜਨਮ ਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਸਥਾਨ ਤੇ। ਸਮੂਹ ਡੁੱਗਣ ਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਹਿਯੋਗ ਨਾਲ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਮਹਾਨ ਗੁਰਮਤਿ ਸਮਾਗਮ ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜੂ ਸਾਹਿਬ ਵਾਲੇ, ਸੰਤ ਬਾਬਾ ਨਰਿੰਦਰ ਸਿੰਘ ਜੀ ਹਜੂ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ। ਇਸ ਮੌਕੇ ਬਾਬਾ ਗੁਰਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ 1 ਜਨਵਰੀ ਤੋਂ ਲੈ ਕੇ 4 ਫਰਵਰੀ ਤੱਕ ਜਪ ਤਪ ਸਮਾਗਮ ਕਰਵਾਏ ਗਏ। ਉਪਰੰਤ ਅੱਜ ਖੁੱਲ੍ਹੇ ਪੰਡਾਲਾਂ 'ਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਭਰ ਤੋਂ ਸੰਤ ਮਹਾਂਪੁਰਸ਼ ਰਾਗੀ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਗੁਰਮੀਤ ਸਿੰਘ ਵੱਲੋਂ ਸਹਿਯੋਗੀਆਂ ਨੂੰ ਸਰਬੋ ਦੇ ਕੇ ਸਨਮਾਨਿਤ ਕੀਤਾ। ਕੈਮਰਾ ਪਰਸਨ ਡਾਕਟਰ ਗੋਪੀ ਚੰਦ ਰਾਜ ਭਾਈਆਂ, ਮੈਂ ਹਰਵਿੰਦਰ ਸਿੰਘ ਭੁੰਮਲੀ, ਫਤਿਹਨੂਰ ਚੈਨਲ, ਮੇਢਿਆਣਾ, ਹੁਸ਼ਿਆਰਪੁਰ। ਕੋਈ ਮੇਸ਼ਵਾ ਸੁਲੇਖਾ ਹੁੰਦਾ, ਬੜਾ ਮੁਸ਼ਕਲ ਹੈ ਜੋ ਤੈਨੂੰ ਗੁਰੂ ਦੀ ਹਜ਼ੂਰੀ ਵਿੱਚ ਪ੍ਰਸਾਦ ਖੜੇ ਨੇ। ਬਾਬਾ ਭਜਨ ਸਿੰਘ ਜੀ, ਬਾਬਾ ਇੰਦਰਜੀਤ ਸਿੰਘ ਜੀ ਸਾਹਿਬਜ਼ਾਦ, ਜਸਦਾ ਇੰਦਰਜੀਤ ਸਿੰਘ ਜੀ ਹੀਰਾਵਾੜੀ, ਜਸਦਾ ਸੰਤ ਬਾਬਾ ਜਗਤਾਰ ਸਿੰਘ ਜੀ ਖੰਨਾ, ਸੰਤ ਸੁਰਿੰਦਰ ਸਿੰਘ ਜੀ ਲਖੋਵਾਲ, ਸੰਤ ਆਪੂ ਸਿੰਘ ਜੀ ਡਾਂਡੀਆਂ, ਜਸਦਾ ਬਾਬਾ ਸੁਦਰੂ ਸਿੰਘ ਜੀ ਬਹਿਲਾ, ਸਿੰਘ ਸਾਹਿਬ ਲੋਕਾਂ ਨੇ ਤਾਂ ਰੌਲਾ ਪਾਇਆ ਕਿ ਨਸ਼ੇੜੀ ਚੰਮਦੇ ਉੱਥੇ ਨਸ਼ੇੜੀ ਨਹੀਂ, ਉੱਥੇ ਅੱਜ ਵੀ ਸਿਰ ਦੇਣ ਵਾਲੇ ਪੈਦਾ ਹੁੰਦੇ ਨੇ, ਅੱਜ ਵੀ ਸਿਰ ਦੇਣ ਵਾਲੇ। ਔਰ ਲਾਲ ਕਿਲੇ ਤੇ ਖਾਲਸਾ ਜੀ ਝੰਡਾ ਚੜ੍ਹਾ ਕੇ ਸਾਬਤ ਕੀਤਾ ਕਿ ਨਹੀਂ ਕੀਤਾ ਯੁਵਰਾਜ ਸਿੰਘ ਨੇ, ਵੀ ਅਸੀਂ ਉਦੋਂ ਵੀ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਉਸੇ ਨੇ ਆਖਿਆ ਹੈ ਵੀ ਜੇ ਕੋਈ ਸਾਧੂ ਮਿਲੇ ਤੇ ਪੱਖਾ ਚੱਲਿਆ ਕਰ। ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ, ਜਿਹੜਾ ਗੁਰੂ ਨਾਨਕ ਦੀ ਸੇਵਾ ਕਰਦਾ ਹੈ, ਸਮਾਗਮ ਵੀ ਹੁੰਦਾ ਹੈ ਜਿਹਦਾ ਫਾਇਦਾ ਅਸੀਮ ਹੋਵੇ। ਨਿਦਾਨ ਦਾ ਭਾਵ ਮੁੜ ਗਏ ਸਾਧੂ ਵਾਕਿਆ ਹੀ ਨਿਧਾਨ ਹੁੰਦੇ ਨੇ, ਖਜ਼ਾਨੇ ਹੁੰਦੇ ਨੇ, ਸਰਬ ਪ੍ਰਸ਼ਨ ਵਾਲੇ ਨੇ। ਸਾਧੂਆਂ ਦੀ ਸੰਗਤ ਵਿੱਚ ਨਾਮ ਦਾ ਖਜ਼ਾਨਾ ਮਿਲਦਾ ਹੈ, ਜਿਹਦੇ ਕਰਕੇ ਹੋਰ ਸੋਰ ਮਿਟਦੇ ਨੇ। ਸਾਧੂ ਔਰਤਾਂ ਸਰਬਤਾ ਪ੍ਰਸ਼ਨ ਵਾਲੇ ਪਰਿਵਾਰ ਦਾ ਜ਼ਿਕਰ ਕਰਨਾ ਹਰ ਸਾਧੂ ਦੇ ਦਿਹਾੜੇ ਉੱਪਰ ਬੜਾ ਸ਼ਕਤੀ ਹੈ। ਜਿਹਨਾਂ ਦੇ ਮਨ ਰੂਪੀ ਭਾਂਡੇ ਆਲੇ ਤੇ ਨੀ ਨੀ ਆ ਬੱਚਾ ਮਾਰ ਕੇ ਮਾਰ ਕੇ ਮਾਰ ਕੇ ਮਾਰ ਕੇ